ਵਾਹਿਗੁਰੂ ਜੀ ਧੰਨ ਧੰਨ ਗੁਰੂ ਗ੍ਰੀ ਮਨਵਾਰ ਸ੍ਰੀ ਮਹਿਲਾ ਚੌਥਾ ਇੱਛਾ ਪੂਰਕ ਸਰਬ ਸੁਭਦਾਤਾ ਹਰ ਜਾਂ ਕੇ ਬਸ ਹੈ ਕੰਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀਵੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੈ ਵਸ ਹੈ ਕਾਮ ਨਾ ਸੋ ਵੈਸਾ ਹਰ ਧਿਆਈਏ ਮੇਰੇ ਜੀਵੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਰਤ ਪਲਤ ਮੁਖ ਪੂਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਰਹਾ ਜੈ ਹਰ ਸਿਮਰਨ ਗਿਆ ਤੈ ਉਪਾਦ ਗਤ ਕੀਨੇ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਤੇ ਮਤ ਦੇਨੇ ਜਪ ਹਰ ਭਉ ਜਲ ਕਰਨਾ ਜੈ ਹਰ ਸਿਮਰਨ ਗਿਆ ਤੈ ਉਪਾਦ ਗਤ ਕੀਨੇ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਤੇ ਮਤ ਦੇਨੇ ਜਪ ਹਰ ਭਉ ਜਲ ਕਰਨਾ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ ਵੈਸਾ ਹਿਰਨ ਕਿਉਂ ਵਾਢਿਆ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ ਪੁੱਤਰ ਕਰਦਰ ਨਾ ਸੰਗ ਘਨਾ ਹਰੇ ਵਨਾਸੀ ਪਲਚ ਪਲਚ ਸਗਰੀ ਮੋਈ ਝੂਠੇ ਧੰਦੇ ਮੋ ਇੱਕ ਸੁਧਰ ਕੀ ਨਾਮ ਦੇ ਅੱਗੇ ਨਹੀਂ ਹੈ ਖੋਏ ਦੇਵ ਸਾਰ ਜੁਗ ਚੁਣਾ ਕਰ ਦੇਣੇ ਅਵਰ ਨਾ ਕੋਰ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਪਦ ਸੋਏ ਨਾਨਕ ਕੀ ਪ੍ਰਭ ਦੇ ਲਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਕਰਨੀ ਨਾ ਸੁਣਾਉਣਾ ਹੋ ਸਕਦਾ ਜਾਂ ਸੰਤ ਕਵਿਤਾ ਹੋਏ ਕਿਹੜਾ ਸੰਤ ਸਾਨੂੰ ਮਿਲਣਾ ਚਾਹੀਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਨੇ ਬਾਲ ਹੋਗਾ ਗੁਰ ਸੰਤ ਗੁਰੂ ਸੰਤ ਸਾਨੂੰ ਗੁਰੂ ਸੰਤ ਦੇ ਜਦੋਂ ਦਰਸ਼ਨ ਹੋਣਗੇ ਤਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਪ੍ਰਮਾਨ ਕਰਦੇ ਨੇ ਉਸ ਵਕਤ ਸਾਡਾ ਵਿਸਾਖ ਦਾ ਮਹੀਨਾ ਇਹ ਜੋ ਮੁਬਾਰਕ ਮਹੀਨਾ ਸਤਿਗੁਰ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਸਾਡਾ ਸਪਨਾ ਹੋ ਗਿਆ ਸਾਹਿਬ ਜੀ ਦੀ ਪਵਿੱਤਰ ਮੁਬਾਰਕ ਬਾਣੀ ਦਾ ਬਚਨ ਜੋ ਆਪ ਜੀ ਨੂੰ ਮਨਾਵੇ ਇਸ ਰੂਪ ਦੀ ਸਰਬ ਦੀ ਭਾਸ਼ਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤ੍ਰਿਣਾ ਸਵੈਸਾ ਹਰ ਧਿਆਈਏ ਮੇਰੇ ਜੀਵੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਅੱਜ ਸਵੇਰੇ ਜਿਸ ਵਕਤ ਮੈਂ ਘਰ ਪ੍ਰਕਾਸ਼ ਕੀਤਾ ਬਾਬਾ ਜੀ ਦਾ ਇਹ ਹੋਰ ਮਨਾਵਾ ਹੋਇਆ ਸੀ ਮੈਂ ਗੁਰਦੁਆਰਾ ਸਾਹਿਬ ਆ ਕੇ ਪ੍ਰਕਾਸ਼ ਕੀਤਾ ਉਸ ਨੂੰ ਇਹੀ ਹੋ ਗਿਆ ਅਸੀਂ ਡੀਸੀ ਗੁਰਦੁਆਰਾ ਸਾਹਿਬ ਅੱਜ ਅੰਮ੍ਰਿਤ ਪ੍ਰਚਾਰ ਦਾ ਸਮਾਗਮ ਸੀ ਅਸੀਂ ਉੱਥੇ ਗਏ ਜਦੋਂ ਅਸੀਂ ਅੰਮ੍ਰਿਤ ਸਚਾਰ ਵਾਸਤੇ ਅਰਦਾਸ ਕਰੀ ਅਰਦਾਸ ਗਿਣਤੀ ਕੀਤੀ ਸਿੰਘਾਂ ਦਾ ਤਿਆਰ ਹੋ ਕੇ ਤਾਂ ਸਤਿਗੁਰੂ ਪਾਤਸ਼ਾਹ ਇਹ ਹੁਕਮ ਨਾਲ ਉੱਥੇ ਵੀ ਆਏ ਇਹ ਚਾਂਸ ਮੇਰੇ ਨਾਲ ਜ਼ਿੰਦਗੀ ਵਿੱਚ ਅੱਜ ਦੂਜੀ ਵਾਰੀ ਹੋਇਆ ਮੈਂ ਜੰਮੂ ਹੁੰਦਾ ਸਾਹਿਬ ਉਹਨਾਂ ਦਿਨਾਂ ਵਿੱਚ ਅਸੀਂ ਪੰਜ ਥਾਵਾਂ ਦੇ ਉੱਤੇ ਸੀ ਇੱਕੋ ਜਿਹੇ ਵਿਦਿਆਰਥੀ ਇਕੱਠੇ ਹੋ ਕੇ ਚੱਲ ਪਏ ਅਤੇ ਥਾਂ ਥਾਂ ਅਸੀਂ ਗਏ ਜਗ੍ਹਾ ਜਗ੍ਹਾ ਦੇ ਉੱਤੇ ਕੋਈ ਪਿੰਡਾਂ ਵਿੱਚ ਚਲੇ ਗਏ ਰੂਰਲ ਏਰੀਆ ਚਲੇ ਗਏ ਅਸੀਂ ਘੁੰਮਦੇ ਫਿਰਦੇ ਅਸੀਂ ਪੰਜ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਦਰਸ਼ਨ ਮੇਲੇ ਕੀਤੇ ਜਾ ਕੇ ਜਦੋਂ ਨਮਸਕਾਰ ਕਰੀਏ ਅਤੇ ਇਹ ਹੁਕਮ ਨਾਲ ਪੰਜ ਵਾਰੀ ਸਾਨੂੰ ਇੱਕੋ ਦਿਨ ਵਿੱਚ ਸਾਰੀਆਂ ਥਾਵਾਂ ਦੇ ਉੱਤੇ ਸਾਨੂੰ ਪ੍ਰਾਪਤ ਹੋਇਆ ਸੋ ਮੈਂ ਬੜਾ ਅੱਜ ਸਵੇਰ ਤੋਂ ਸੋਚ ਰਿਹਾ ਸਾਂ ਵੀ ਗੁਰੂ ਸਾਹਿਬ ਪਾਤਸ਼ਾਹ ਜੀ ਚੌਥੇ ਪਾਤਸ਼ਾਹ ਹਨ ਗੁਰੂ ਰਾਮਦਾਸ ਪਾਤਸ਼ਾਹ ਜੀ ਕੋਸ਼ਿਸ਼ ਕਰਦੇ ਨੇ ਇੱਛਾ ਪੂਰਕ
ਸਰਬ ਸੁਖਦਾਤਾ ਹਰ ਜਾਣ ਕੇ ਬਸ ਹੈ ਕੰਮ ਦੇਣਾ, ਪਰ ਨਾਲ ਹਦਾਇਤ ਕਰਦੇ ਨੇ ਕਹਿੰਦੇ ਸੋ ਐਸਾ ਵਧਾਈਏ ਮੇਰੇ ਜੀਵੇ, ਐ ਮੇਰੇ ਜੀਵ ਤੂੰ ਉਸ ਬਾਰੇ ਤੈਨੂੰ ਚੇਤੇ ਕਰ ਤਾਂ ਸਰਬ ਸੁਖ ਪਾਵੇ ਮੇਰੇ ਮਨ। ਇਹ ਤਾਂ ਚਾਹੁੰਦਾ ਹੈ ਕਿ ਸਾਰੇ ਸੁਖ ਮਿਲਣ, ਪਰ ਉਸ ਨੂੰ ਧਿਆਨਾ ਵੀ ਸਾਰਾ ਹੀ ਕੰਮ ਹੈ।